ਜਿਵੇਂ ਜਿਵੇਂ ਦਿਨ ਬੀਤ ਰਿਹਾ ਆ ਉਵੇਂ ਉਵੇਂ ਜਿਹੜਾ ਉਹ ਚੰਦਰਯਾਨ 3 ਮਿਸ਼ਨ ਨੂੰ ਲੈ ਕੇ ਜਿਹੜੀਆਂ ਲੋਕਾਂ ਦੀਆਂ ਧੜਕਣਾਂ ਉਹ ਤੇਜ਼ ਹੋ ਰਹੀਆਂ ਆ। ਸੋ ਚੰਦਰਯਾਨ ਦੇ ਆਖਰੀ 15 ਮਿੰਟ ਖੌਫ ਦੇ, ਕੱਲ੍ਹ ਸ਼ਾਮ 6:04 'ਤੇ ਲੈਂਡਿੰਗ ਕਰੇਗਾ। ਅਗਰ ਕੰਡੀਸ਼ਨ ਠੀਕ ਨਹੀਂ ਰਹੀ ਤਾਂ ਇਹ ਫਿਰ 27 ਨੂੰ ਉਤਰੇਗਾ ਲੈਂਡਰ। ਸੋ ਚੰਦਰਯਾਨ 3 ਨੂੰ ਕੱਲ੍ਹ ਜਿਹੜਾ ਯਾਨੀ 23 ਅਗਸਤ ਨੂੰ ਸ਼ਾਮ 6:04 'ਤੇ 25 ਕਿਲੋਮੀਟਰ ਦੀ ਉਚਾਈ ਤੋਂ ਲੈਂਡ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਹਦੇ ਵਿੱਚ 15 ਤੋਂ 17 ਮਿੰਟ ਲੱਗਣਗੇ। ਇਸ ਡਿਊਰੇਸ਼ਨ ਨੂੰ ਜਿਹੜਾ 15 ਮਿੰਟਸ ਆਫ ਟੈਰਰ ਯਾਨੀ ਖੌਫ ਦੇ 15 ਮਿੰਟ ਕਿਹਾ ਜਾਂਦਾ ਆ। ਅਗਰ ਭਾਰਤ ਦਾ ਚੰਦਰਯਾਨ 3 ਮਿਸ਼ਨ ਸਕਸੈਸਫੁੱਲ ਹੁੰਦਾ ਆ ਤਾਂ ਚੰਦਰਮਾ ਦੇ ਸਾਊਥ ਪੋਲ ਦੇ ਉੱਪਰ ਉਤਰਨ ਵਾਲਾ ਪਹਿਲਾ ਦੇਸ਼ ਬਣ ਜਾਏਗਾ ਭਾਰਤ। ਚੰਦਰਮਾ 'ਤੇ ਉਤਰਨ ਤੋਂ 2 ਘੰਟੇ ਪਹਿਲਾਂ ਲੈਂਡਰ ਮਡਿਊਲ ਦੀ ਸਥਿਤੀ ਅਤੇ ਚੰਦਰਮਾ ਦੇ ਉੱਪਰ ਜਿਹੜੀਆਂ ਸਿਚੁਏਸ਼ਨ ਸਥਿਤੀਆਂ ਦੇ ਆਧਾਰ ਦੇ ਉੱਪਰ ਇਹ ਤੈਅ ਕੀਤਾ ਜਾਏਗਾ ਕਿ ਉਸ ਸਮੇਂ ਇਹਨੂੰ ਉਤਾਰਨਾ ਉਚਿਤ ਆ, ਸਹੀ ਆ ਜਾਂ ਨਹੀਂ। ਅਗਰ ਕੋਈ ਵੀ ਫੈਕਟਰ ਤੈਅ ਪੈਮਾਨੇ ਦੇ ਉੱਪਰ ਨਹੀਂ ਰਿਹਾ ਤਾਂ ਲੈਂਡਿੰਗ 27 ਅਗਸਤ ਨੂੰ ਜਿਹੜੀ ਉਹ ਕਰਵਾਈ ਜਾਏਗੀ। ਚੰਦਰਯਾਨ ਦਾ ਦੂਸਰਾ ਅਤੇ ਫਾਈਨਲ ਡੀ ਬੂਸਟਿੰਗ ਓਪਰੇਸ਼ਨ ਐਤਵਾਰ ਰਾਤ 1:50 'ਤੇ ਪੂਰਾ ਹੋਇਆ। ਇਸ ਤੋਂ ਬਾਅਦ ਲੈਂਡਰ ਦੀ ਚੰਦਰਮਾ ਤੋਂ ਘੱਟ ਦੂਰੀ 25 ਕਿਲੋਮੀਟਰ ਅਤੇ ਜ਼ਿਆਦਾ ਤੋਂ ਜ਼ਿਆਦਾ 134 ਕਿਲੋਮੀਟਰ ਰਹਿ ਗਈ ਆ। ਡੀ ਬੂਸਟਿੰਗ ਦੇ ਵਿੱਚ ਸਪੇਸ ਕ੍ਰਾਫਟ ਦੀ ਸਪੀਡ ਨੂੰ ਜਿਹੜਾ ਉਹ ਘੱਟ ਕੀਤਾ ਜਾਂਦਾ ਆ। ਸੋ ਲੈਂਡਿੰਗ ਦੇ 4 ਫੇਜ਼ ਹੋਣਗੇ। ਰਫ ਬ੍ਰੇਕਿੰਗ ਫੇਜ਼, ਇਸ ਵਕਤ ਲੈਂਡਰ ਜਿਹੜਾ ਲੈਂਡਿੰਗ ਸਾਈਟ ਤੋਂ 750 ਕਿਲੋਮੀਟਰ ਦੂਰ ਹੋਏਗਾ ਅਤੇ ਸਪੀਡ 1.6 ਕਿਲੋਮੀਟਰ ਪ੍ਰਤੀ ਸੈਕਿੰਡ ਹੋਏਗੀ। ਇਹ ਫੇਜ਼ 690 ਸੈਕਿੰਡ ਤੱਕ ਚੱਲੇਗਾ। ਇਸ ਦੌਰਾਨ ਵਿਕਰਮ ਦੇ ਸਾਰੇ ਸੈਂਸਰਸ ਕੈਲੀਬਰੇਟ ਜਿਹੜੇ ਉਹ ਹੋਣਗੇ। 690 ਸੈਕਿੰਡ ਦੇ ਵਿੱਚ ਹੋਰੀਜੋਂਟਲ ਸਪੀਡ 358 ਮੀਟਰ ਪ੍ਰਤੀ ਸੈਕਿੰਡ ਅਤੇ ਨੀਚੇ ਦੀ ਤਰਫ 61 ਮੀਟਰ ਪ੍ਰਤੀ ਸੈਕਿੰਡ ਜਿਹੜੀ ਉਹ ਹੋ ਜਾਏਗੀ। ਅਲਟੀਟਿਊਡ ਹੋਲਡ ਫੇਜ਼, ਵਿਕਰਮ ਚੰਦ ਦੀ ਸਤਹਿ ਦੀ ਫੋਟੋ ਖਿੱਚੇਗਾ ਅਤੇ ਪਹਿਲਾਂ ਤੋਂ ਮੌਜੂਦ ਫੋਟੋ ਦੇ ਨਾਲ ਕੰਪੇਅਰ ਕਰੇਗਾ। ਚੰਦਰਯਾਨ 2 ਦੇ ਟਾਈਮ ਦੇ ਵਿੱਚ ਇਹ ਫੇਜ਼ 38 ਸਕਿੰਟ ਦਾ ਆ ਅਤੇ ਹੁਣ ਇਹਨੂੰ ਜਿਹੜਾ ਉਹ 10 ਸਕਿੰਟ ਦਾ ਕਰਤਾ ਗਿਆ ਆ। ਪਹਿਲਾਂ 38 ਸੈਕਿੰਡ ਦਾ ਸੀ। ਇਸ ਦੌਰਾਨ ਹੋਰੀਜੋਂਟਲ ਵਿਲੋਸਟੀ 336 ਮੀਟਰ ਪ੍ਰਤੀ ਸੈਕਿੰਡ ਅਤੇ ਵਰਟੀਕਲ ਵਿਲੋਸਟੀ ਲਗਭਗ 59 ਮੀਟਰ ਪ੍ਰਤੀ ਸੈਕਿੰਡ ਜਿਹੜੀ ਉਹ ਹੋ ਜਾਏਗੀ। ਫਾਈਨਲ ਬ੍ਰੇਕਿੰਗ ਫੇਜ਼, ਇਹ ਫੇਜ਼ 175 ਸਕਿੰਟ ਤੱਕ ਚੱਲੇਗਾ। ਇਹਦੇ ਵਿੱਚ ਸਪੀਡ 0 'ਤੇ ਆ ਜਾਏਗੀ। ਲੈਂਡਰ ਦੀ ਪੋਜੀਸ਼ਨ ਪੂਰੀ ਤਰ੍ਹਾਂ ਤੋਂ ਵਰਟੀਕਲ ਹੋ ਜਾਏਗੀ। ਸਤਹਿ ਤੋਂ ਉਚਾਈ 800 ਮੀਟਰ ਅਤੇ 1300 ਮੀਟਰ ਦੇ ਵਿੱਚ ਹੋਏਗੀ। ਵਿਕਰਮ ਦੇ ਸੈਂਸਰ ਚਾਲੂ ਕੀਤੇ ਜਾਣਗੇ ਅਤੇ ਹਾਈਟ ਨਾਪੀ ਜਾਏਗੀ। ਫਿਰ ਫੋਟੋਜ਼ ਜਿਹੜੀਆਂ ਉਹ ਲਈਆਂ ਜਾਣਗੀਆਂ, ਕੰਪੇਅਰ ਕੀਤਾ ਜਾਏਗਾ। ਟਰਮੀਨਲ ਡਿਸੈਂਟ ਫੇਜ਼, ਅਗਲੇ 131 ਸਕਿੰਟ ਦੇ ਵਿੱਚ ਲੈਂਡਰ ਸਤਹਿ ਤੋਂ 150 ਮੀਟਰ ਉੱਪਰ ਆ ਜਾਏਗਾ। ਲੈਂਡਰ ਦੇ ਉੱਪਰ ਲੱਗਿਆ ਹੈਜ਼ਾਰਡ ਡਿਟੈਕਸ਼ਨ ਕੈਮਰਾ ਸਤਹਿ ਦੀ ਤਸਵੀਰ ਖਿੱਚੇਗਾ। ਵਿਕਰਮ ਦੇ ਉੱਪਰ ਲੱਗਾ ਹੈਜ਼ਾਰਡ ਡਿਟੈਕਸ਼ਨ ਕੈਮਰਾ ਗੋ ਨੋ ਗੋ ਟੈਸਟ ਰਨ ਕਰੇਗਾ। ਜੇ ਸਾਰਾ ਕੁਝ ਸਹੀ ਰਿਹਾ ਤਾਂ ਵਿਕਰਮ 73 ਸੈਕਿੰਡ ਦੇ ਵਿੱਚ ਚਾਂਦ ਦੇ ਉੱਪਰ ਉੱਤਰ ਜਾਏਗਾ। ਅਗਰ ਨੋ ਗੋ ਦੀ ਕੰਡੀਸ਼ਨ ਹੋਏਗੀ ਤਾਂ 150 ਮੀਟਰ ਅੱਗੇ ਜਾ ਕੇ ਰੁਕੇਗਾ। ਫਿਰ ਸਤਹਿ ਚੈੱਕ ਕਰੇਗਾ ਅਤੇ ਸਭ ਕੁਝ ਸਹੀ ਰਿਹਾ ਅਤੇ ਲੈਂਡ ਕਰ ਜਾਏਗਾ। ਲੈਂਡਿੰਗ ਤੋਂ ਬਾਅਦ ਕੀ ਹੋਏਗਾ? ਡਸਟ ਸੈਟਲ ਹੋਣ ਤੋਂ ਬਾਅਦ ਵਿਕਰਮ ਚਾਲੂ ਹੋਏਗਾ ਅਤੇ ਕਮਿਊਨੀਕੇਟ ਕਰੇਗਾ। ਫਿਰ ਰੈਂਪ ਖੁੱਲ੍ਹੇਗਾ। ਪ੍ਰਗਿਆਨ ਰੋਵਰ ਰੈਂਪ ਤੋਂ ਜਿਹੜਾ ਉਹ ਚੰਦ ਦੀ ਸਤਹਿ ਦੇ ਉੱਪਰ ਆਏਗਾ। ਵਿਕਰਮ ਲੈਂਡਰ ਪ੍ਰਗਿਆਨ ਦੀ ਫੋਟੋ ਖਿੱਚੇਗਾ ਅਤੇ ਪ੍ਰਗਿਆਨ ਵਿਕਰਮ ਦੀ। ਇਹਨਾਂ ਫੋਟੋਜ਼ ਨੂੰ ਪ੍ਰਿਥਵੀ ਦੇ ਉੱਪਰ ਜਿਹੜਾ ਉਹ ਭੇਜਿਆ ਜਾਏਗਾ। ਸੋ ਬਹੁਤ ਹੀ ਮਜ਼ਾ ਆਉਂਦਾ ਆ, ਬਹੁਤ ਹੀ ਮਜ਼ਾ ਆਉਂਦਾ ਆ ਜਦੋਂ ਤੁਸੀਂ ਸਾਰਾ ਇਮੈਜਿਨ ਕਰਦੇ ਆ ਆਪਣੇ ਦਿਮਾਗ ਦੇ ਵਿੱਚ ਇਹਨਾਂ ਚੀਜ਼ਾਂ ਨੂੰ, ਅਤੇ ਸੋਚ ਕੇ ਦੇਖੋ ਕਿ ਜਿਨ੍ਹਾਂ ਨੇ ਬਣਾਇਆ ਹੋਣਾ ਆ, ਜਿਹੜੇ ਸਾਇੰਟਿਸਟਾਂ ਨੇ ਮਿਹਨਤ ਕੀਤੀ ਹੋਣੀ ਆ, ਉਹਨਾਂ ਨੇ ਕੀ ਆਪਣੇ ਦਿਮਾਗ ਦੇ ਵਿੱਚ ਕਿਆ ਚੀਜ਼ ਜਿਹੜੀ ਉਹ ਬਣਾਈ ਹੋਏਗੀ। ਸੋ ਵਾਕਈ ਵੀ ਸਲੂਟ ਆ। ਅਸੀਂ ਤਾਂ ਇੱਥੇ ਲੜੀ ਜਾਂਦੇ ਪਏ ਇੱਕ ਦੂਸਰੇ ਦੇ ਨਾਲ, ਅਤੇ ਇਹ ਦੇਖੋ ਕਿੱਥੇ ਤੱਕ ਸੋਚ ਨੂੰ ਜਿਹੜੀ ਉਹ ਆਪਣੀ ਲੈ ਕੇ ਗਏ ਹੋਏ ਆ। ਸੋ ਚੰਦ ਦੇ ਉੱਪਰ ਅਸ਼ੋਕ ਸਤੰਭ ਦੀ ਛਾਪ ਵੀ ਛੱਡੇਗਾ ਪ੍ਰਗਿਆਨ ਰੋਵਰ। ਸੋ ਵੀਰੋ ਬਹੁਤ ਹੀ ਜ਼ਿਆਦਾ ਤੁਹਾਨੂੰ ਮੈਂ ਦੱਸਦਾ ਹਾਂ ਕਿ ਪ੍ਰਾਊਡ ਵਾਲੀ ਗੱਲ ਹੋਣ ਵਾਲੀ ਆ, ਅਤੇ ਸਭ ਕੁਝ ਫੇਲ ਹੋ ਗਿਆ ਤਾਂ ਵੀ ਜਿਹੜਾ ਵਿਕਰਮ ਉਹ ਲੈਂਡ ਕਰੇਗਾ। ਸਲੂਟ ਆ ਸਾਡੇ ਭਾਰਤੀ ਸਾਇੰਟਿਸਟਾਂ ਨੂੰ ਅਤੇ
यही उम्मीद आ कि यह कामयाब जरूर होवे। रब भी पूरा साडा साथ देगा, लोगों दी दुआवां आ ते दुनिया देखेगी चंद दे उत्ते भारत नूं। खुश रहो ते जिंदाबाद रहो।